ਆਪਣੇ ਬੱਚਿਆਂ ਦਾ ਰੱਖੋ ਖਾਸ ਧਿਆਨ। ਆ ਵੇਖੋ ਕਿਵੇਂ ਇਹ ਬੱਚਾ ਡਿੱਗ ਗਿਆ ਪੁਲ ਤੋਂ। ਪਤੰਗ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਬੱਚਾ, ਜਿਸ ਤੋਂ ਬਾਅਦ ਇਹ ਪੁਲ ਤੋਂ ਨੀਚੇ ਡਿੱਗ ਜਾਂਦਾ ਹੈ ਤੇ ਲੋਕਾਂ ਦੇ ਵੱਲੋਂ ਚੱਕ ਕੇ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤੇ ਦੱਸ ਦਈਏ ਕਿ ਖੰਨਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਛੋਟਾ 8 ਸਾਲ ਦਾ ਬੱਚਾ ਪੁਲ ਤੋਂ ਡਿੱਗ ਜਾਂਦਾ ਹੈ ਜਦੋਂ ਉਹ ਪਤੰਗ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਤਾਂ ਮਿਲੀ ਜਾਣਕਾਰੀ ਅਨੁਸਾਰ ਬੱਚਾ ਪੁਲ ਤੇ ਹੁੰਦਾ ਤੇ ਉਸਦੀ ਨਜ਼ਰ ਪਤੰਗ ਤੇ ਹੁੰਦੀ ਹੈ ਤੇ ਪਤੰਗ ਦੇ ਪਿੱਛੇ ਭੱਜਦਾ ਜਾਂਦਾ ਹੈ, ਪਰ ਅੱਗੇ ਜਾ ਕੇ ਪੁਲ ਦੇ ਸਲੈਬਾਂ ਦੇ ਵਿੱਚ ਵੱਡਾ ਗੈਪ ਹੁੰਦਾ, ਉਹ ਨਹੀਂ ਦੇਖ ਪਾਉਂਦਾ ਕਿਉਂਕਿ ਉਸਦਾ ਧਿਆਨ ਪਤੰਗ ਦੇ ਵੱਲ ਹੁੰਦਾ, ਜਿਸ ਤੋਂ ਬਾਅਦ ਉਹ ਇਹਨਾਂ ਗੈਪ ਦੇ ਵਿੱਚੋਂ ਨਿਕਲ ਜਾਂਦਾ ਤੇ ਪੁਲ ਤੋਂ ਹੇਠਾਂ ਡਿੱਗ ਜਾਂਦਾ, ਜਿਸ ਕਾਰਨ ਗੰਭੀਰ ਰੂਪ ਦੇ ਨਾਲ ਉਹ ਜ਼ਖਮੀ ਹੋ ਜਾਂਦਾ, ਖੂਨੋ ਖੂਨ ਹੋ ਜਾਂਦਾ। ਮੌਕੇ ਤੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ, ਜਿਸ ਤੋਂ ਬਾਅਦ ਇਸ ਸੰਬੰਧੀ ਜਾਣਕਾਰੀ ਉਸਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਤਾਂ 8 ਸਾਲ ਦਾ ਬੱਚਾ ਸੀਗਾ ਇਹ, ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ, ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹ ਹੁਣ ਖਤਰੇ ਤੋਂ ਬਾਹਰ ਹੈ। ਤਾਂ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖੋ ਕਿਉਂਕਿ ਪਤੰਗਾ ਕਰਕੇ ਕਈ ਵੱਡੇ ਹਾਦਸੇ ਵਾਪਰ ਰਹੇ ਨੇ ਬੱਚਿਆਂ ਦੇ ਨਾਲ। ਤਾਂ ਇਹਨਾਂ ਸਮਿਆਂ ਦੇ ਵਿੱਚ ਬੱਚਿਆਂ ਦੇ ਖਾਸ ਧਿਆਨ ਰੱਖੋ। ਤਾਂ ਇਹ ਵੱਡਾ ਹਾਦਸਾ ਹੋਇਆ ਜਿੱਥੇ ਪੁਲ ਤੋਂ ਇਹ ਬੱਚਾ ਡਿੱਗ ਜਾਂਦਾ, ਨੀਚੇ ਖੂਨੋ ਖੂਨ ਹੋ ਜਾਂਦਾ, ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਇਸ ਨੂੰ ਦਾਖਲ ਕਰਵਾ ਦਿੱਤਾ ਜਾਂਦਾ ਹੈ ਤੇ ਹੁਣ ਇਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸਾਹਮਣੇ ਰੇਤੇ ਵਾਲੇ ਨੇ, ਉਹਨਾਂ ਨੇ ਕਿਸੇ ਨੇ ਉੱਪਰੋਂ ਬੱਚਾ ਗਿਰਦਾ ਦੇਖ ਲਿਆ, ਜਿਹੜਾ ਵਿਚਾਲੇ ਰਸਤਾ ਜੀ ਪੁਲਾਂ ਦੇ, ਠੀਕ ਹੈ ਜੀ, ਅਤੇ ਉਹ ਉੱਥੇ ਖੜ ਕੇ ਰੌਲਾ ਪਾਉਣਾ ਸ਼ੁਰੂ ਕਰਤਾ। ਉੱਪਰੋਂ ਉਹਨਾਂ ਦੇ ਨਾਲ ਦੇ ਜਿਹੜੇ ਬੱਚੇ ਦੇ ਨਾਲ ਸੀ ਜਵਾਕ, ਉਹ ਉੱਪਰ ਖੜ੍ਹੇ ਸੀ। ਮੈਨੂੰ ਲੱਗਿਆ ਕਿਤੇ ਕੋਈ ਉੱਪਰੋਂ ਛਾਲ ਮਾਰਦਾ ਉਹਨੂੰ ਰੋਕਦੇ ਨੇ, ਅਤੇ ਬੱਚਾ ਥੱਲੇ ਗਿਰਿਆ ਹੋਇਆ ਸੀ। ਉਹਨਾਂ ਨੇ ਆਲੇ ਦੁਆਲੇ ਘੇਰਾ ਬਣਾਇਆ ਸੀ, ਅਸੀਂ ਗਏ ਜਾਂ ਦੇਖਿਆ ਉੱਥੇ ਜਾ ਕੇ, ਉਹ ਕਹਿੰਦੇ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਹੋਇਆ। ਮੈਂ ਕਿਹਾ ਵੀ ਐਂਬੂਲੈਂਸ ਤਾਂ ਬਹੁਤ ਲੇਟ ਜਾਊਗੀ। ਅਸੀਂ ਜਵਾਕ ਨੂੰ ਚੱਕਿਆ ਜੀ ਉੱਥੋਂ, ਆਪਣੇ ਆਟੋ 'ਚ ਪਾਇਆ, ਚੱਕ ਕੇ ਲਿਆ ਕੇ ਸਿਵਲ ਹੋਸਪਿਟਲ ਪਹੁੰਚਾਤਾ। ਹੁਣ ਬੱਚਾ ਬੋਲਦਾ ਵੀ ਹੈ ਅਤੇ ਉਹ ਅੱਗੇ ਸਹੀ ਵੀ ਹੈ, ਹੁਣ ਉਹਦੇ ਘਰਦੇ ਆਉਣਗੇ ਜੀ, ਉਹਨਾਂ ਨੂੰ ਉਰੇ ਪਹੁੰਚਾ ਦਾਂਗੇ। ਇਹ ਪਤੰਗ ਲੁੱਟ ਰਹੇ ਸੀ ਜੀ ਉੱਪਰ ਕਿਤੇ, ਉਹਨਾਂ ਨੇ ਪਤਾ ਨਹੀਂ ਕਿਸੇ ਨੇ ਧੱਕਾ ਦਿੱਤਾ ਜਾਂ ਉਹਨੂੰ ਜਵਾਕ ਨੇ ਜਾਂ ਕੀ ਹੋਇਆ ਕੀ ਨਹੀਂ, ਇਹ ਨਹੀਂ ਸਾਨੂੰ ਪਤਾ। ਯਾਨੀ ਕਿ ਥੱਲੇ ਜਦੋਂ ਗਿਰਿਆ ਇਹ, ਉਦੋਂ ਅਸੀਂ ਦੇਖਿਆ, ਸਾਨੂੰ ਆਵਾਜ਼ ਸੁਣੀ, ਅਸੀਂ ਭੱਜ ਕੇ ਗਏ ਦੇਖਿਆ, ਤਾਂ ਆਹ ਕੰਮ ਹੋਇਆ ਹੋਇਆ ਸੀ। ਅਤੇ ਪੰਜਾਬ ਸਰਕਾਰ ਨੇ ਕਈ ਸਕੀਮਾਂ ਚਲਾਈਆਂ ਨੇ ਵੀ ਇਹੋ ਜਿਹੇ ਘਾਇਲ ਬੱਚੇ ਨੂੰ ਜਾਂ ਕੋਈ ਵੀ ਐਕਸੀਡੈਂਟ ਹੁੰਦਾ ਅਤੇ ਉਹਨਾਂ ਨੂੰ ਤੁਰੰਤ ਹੋਸਪਿਟਲ ਪਹੁੰਚਾਓ, ਤੁਹਾਨੂੰ ਇਸ ਬਾਰੇ ਜਾਣਕਾਰੀ ਹੈ ਜੀ? ਦੇਖੋ ਜੀ, ਐਂਬੂਲੈਂਸ ਨੂੰ ਤਾਂ ਫੋਨ ਕੀਤਾ ਸੀ ਕਿਉਂਕਿ ਟ੍ਰੈਫਿਕ ਹੋਣ ਕਰਕੇ ਅਸੀਂ ਇਹ ਸੋਚਿਆ ਵੀ ਐਂਬੂਲੈਂਸ ਵਾਲੇ ਨੂੰ ਵੀ ਰਾਹ ਨਹੀਂ ਮਿਲਣਾ ਕਿਉਂਕਿ ਉਹਦਾ ਕੋਈ ਕਸੂਰ ਨਹੀਂ ਇਹਦੇ ਵਿੱਚ। ਅਸੀਂ ਆਪਣਾ ਨੇੜੇ ਸਮਝਿਆ ਅਤੇ ਅਸੀਂ ਉਹਨੂੰ ਚੱਕ ਕੇ ਉਰੇ ਪਹੁੰਚਾ ਤਾ, ਐਂਬੂਲੈਂਸ ਵਾਲੇ ਵੀਰ ਦਾ ਅਸੀਂ ਆਪਣਾ ਹੱਕ ਨਿਭਾ ਤਾ, ਠੀਕ ਹੈ ਜੀ। ਇਸ ਕਰਕੇ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਕੱਢ ਸਕਦੇ ਵੀ ਆਪਾਂ ਉਹਨਾਂ ਨੂੰ ਕਹੀਏ ਵੀ ਉਹ ਆਏ ਨਹੀਂ। ਹਾਂਜੀ ਹਾਂ, ਸਾਨੂੰ ਤਲਾਹ ਮਿਲੀ ਸੀ ਕੰਟਰੋਲ ਰੂਮ ਰਾਹੀਂ, ਪਿੰਡ ਨੇ ਇੱਕ ਬੱਚਾ ਅਬਲੋਹ ਚੌਂਕ ਦੇ ਪੁਲ ਦੇ ਗੈਪ ਵਿੱਚੋਂ ਡਿੱਗ ਪਿਆ, ਹਸਪਤਾਲ ਦਾਖਲ ਆ। ਅਸੀਂ ਆ ਕੇ ਉਸ ਬੱਚੇ ਨੂੰ ਚੈੱਕ ਕੀਤਾ, ਬੱਚਾ ਵੈਸੇ ਠੀਕ ਆ, ਸਟੇਬਲ ਆ, ਬੋਲ ਰਿਹਾ, ਹਰਕਤ ਵੀ ਕਰ ਰਿਹਾ, ਉਹਦਾ ਇਲਾਜ ਚੱਲ ਰਿਹਾ। ਕਾਰਨ ਸਾਨੂੰ ਇਹੀ ਪਤਾ ਲੱਗਿਆ ਵੀ ਨਾਲ ਇਹਦੇ ਹੋਰ ਬੱਚੇ ਵੀ ਸੀਗੇ, ਪਤੰਗ ਦਾ ਪਿੱਛਾ ਕਰ ਰਹੇ ਸੀਗੇ ਕਿਤੇ। ਇੱਕ ਆਪਣੇ ਪ੍ਰਾਈਵੇਟ ਕੋਈ ਆਟੋ ਚਾਲਕ ਨੇ ਪਹੁੰਚਾਇਆ ਅਤੇ ਉਹਦੇ ਬਾਰੇ ਪਤਾ ਲੱਗਿਆ ਸਾਨੂੰ। ਸਰਕਾਰ ਵੱਲੋਂ ਫਰਿਸ਼ਤੇ ਸਕੀਮ ਵੀ ਚਲਾਈ ਗਈ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਕੋਈ ਸ਼ਾਬਾਸ਼ੀ ਦਿੱਤੀ ਜਾਏਗੀ? ਉਹ ਠੀਕ ਹੈ, ਬੰਦੇ ਅਸੀਂ ਪਤਾ ਕਰ ਲਿਆ, ਉਹਨਾਂ ਦਾ ਲਿਖ ਕੇ ਭੇਜਾਂਗੇ। ਬੱਚਾ ਹੁਣ ਖਤਰੇ ਤੋਂ ਬਾਹਰ? ਹਾਂ ਬਿਲਕੁਲ, ਖਤਰੇ ਤੋਂ ਬਾਹਰ ਆ, ਡਾਕਟਰ ਸਾਹਿਬ ਨੇ ਦੱਸਿਆ ਵੀ ਠੀਕ ਆ ਬੱਚਾ, ਇਲਾਜ ਚੱਲ ਰਿਹਾ ਉਹਦਾ।